ਜੂਨੀ। ਆ ਜੂਨੀ ਦਾ ਮਤਲਬ ਰਿਹਾ ਕਿ ਹੁਣ ਉਹ ਜੂਨਾ ਦੇ ਬੰਧਨ ਤੋਂ ਮੁਕਤ ਹੈ। ਇਹਦਾ ਮਤਲਬ ਕਿਤੇ ਵੀ ਸਾਨੂੰ ਇਹ ਕਰਨ ਦਾ ਕਿਤੇ ਵੀ ਸੇਧ ਨਹੀਂ ਮਿਲਦੀ ਕਿ ਉਹ ਕਿਸੇ ਜੂਨ 'ਚ ਨਹੀਂ ਆਉਂਦਾ। ਉਹਦਾ ਮਤਲਬ ਹੈ ਕਿ ਉਹ ਜੂਨਾ ਦੇ ਬੰਧਨ ਤੋਂ ਮੁਕਤ ਹੈ। ਵਾਪਸ ਚੱਲੀਏ ਉਸੇ ਵਰਡ ਦੇ ਉੱਤੇ, ਜਦੋਂ ਅਸੀਂ ਗੱਲ ਸਮਝਦੇ ਹਾਂ ਕਰਤਾ ਪੁਰਖ, ਕਿ ਉਹ ਕ੍ਰੀਏਟਰ ਆਫ ਆਲ ਹੈ ਐਂਡ ਰੈਸੀਡੈਂਟ ਆਫ ਆਲ ਹੈ, ਕਿ ਉਹ ਹਰ ਚੀਜ਼ ਦੇ ਬਣਨ ਦਾ ਰੀਜ਼ਨ ਹੈਗਾ ਅਤੇ ਉਹਦੇ ਵਿੱਚ ਵੀ ਆਪ ਵਸਿਆ। ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਤਾਂ ਅਜੂਨੀ ਦਾ ਮਤਲਬ ਕੀ ਆਇਆ ਕਿ ਇਹ ਹਰ ਚੀਜ਼ ਦੇ ਅੰਦਰ ਵਸਿਆ, ਕਿਸੇ ਜੂਨ ਦਾ ਸਪੈਸੀਫਿਕ ਨਹੀਂ ਹੈ। ਉਹ ਸਪੈਸੀਫਿਕ ਨਹੀਂ ਹੈ ਕਿ ਸਿਰਫ ਬੰਦੇ ਦੇ ਰੂਪ 'ਚ ਹੀ ਆਏਗਾ, ਉਹ ਸਪੈਸੀਫਿਕ ਨਹੀਂ ਹੈ ਕਿ ਕਿਸੇ ਜਾਨਵਰ ਦੇ ਰੂਪ 'ਚ ਹੋਏਗਾ, ਉਹ ਸਪੈਸੀਫਿਕ ਨਹੀਂ ਹੈ ਕਿ ਕਿਸੇ ਪਸ਼ੂ ਪਕਸ਼ੀ ਜਾਂ ਕਿਸੇ ਲਿੰਗ ਭੇਦ ਦਾ, ਕਿ ਬਈ ਉਹ ਬੰਦਾ ਹੀ ਹੋਏਗਾ ਜਾਂ ਲੇਡੀ ਹੀ ਹੋਏਗਾ, ਇੱਦਾਂ ਦਾ ਕੋਈ ਉਹਦਾ ਕੋਈ ਬੰਧਨ ਨਹੀਂ ਹੈ। ਉਹ ਹਰੇਕ ਦੇ ਅੰਦਰ ਬਰਾਬਰ ਉਹਦਾ ਟੁਕੜਾ ਹੈ, ਹਰੇਕ ਦੇ ਅੰਦਰ ਬਰਾਬਰ ਉਹਦੇ ਹੋਣ ਦਾ ਅਹਿਸਾਸ ਹੈ ਸਾਨੂੰ। ਇਹ ਅਸੀਂ ਜਦੋਂ ਇੱਥੇ ਸਮਝ ਲੈਂਦੇ ਹਾਂ ਅਤੇ ਅੱਗੇ ਇਸ ਤੋਂ ਤੁਰਦੇ ਹਾਂ, ਉਹ ਆ ਗਿਆ ਅਜੂਨੀ ਤੋਂ ਬਾਅਦ ਸਹਿਭੰਗ ਜੀ। ਸਹਿਭੰਗ ਸ਼ਬਦ ਨੂੰ ਸਮਝਣ ਵਾਸਤੇ ਫਿਰ ਇਹਦੀ ਇੱਕ ਹੋਣ ਦੇ ਉੱਤੇ ਜਾਣਾ ਪਏਗਾ। ਇਹਦਾ ਜਿਹੜਾ ਮੁੱਢਲਾ ਵਰਡ ਹੈ, ਇਹ ਕਿਉਂਕਿ ਭਾਸ਼ਾ ਦੇ ਅੰਦਰ ਚੇਂਜ ਕਰਕੇ ਮੈਂ ਇਹਨੂੰ ਸਹਿਭੰਗ ਪੜ੍ਹ ਰਿਹਾ ਵਾਂ ਜਾਂ ਸਹਿਭੰਗ ਲਿਖਿਆ ਗਿਆ ਹੈ, ਅਦਰਵਾਈਜ਼ ਸਵੈਂਭੂ। ਸਵੈਂਭੂ ਦਾ ਮਤਲਬ ਹੁੰਦਾ ਹੈ ਜਿਹਦੇ ਹੋਣ ਦਾ ਕੋਈ ਜ਼ਿੰਮੇਵਾਰ ਨਹੀਂ ਹੈ ਅਤੇ ਉਹਦੀ ਡਿਸਟਰਕਸ਼ਨ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਉਹ ਆਪਣੇ ਆਪ ਤੋਂ ਹੈ ਅਤੇ ਉਹ ਆਪਣੇ ਆਪ ਦੇ ਵਿੱਚ ਹੀ ਸਮੇਟਿਆ ਜਾਂਦਾ ਹੈ, ਨਾ ਉਹਨੂੰ ਕੋਈ ਪੈਦਾ ਕਰਦਾ ਹੈ ਨਾ ਉਹਨੂੰ ਕੋਈ ਮਾਰਦਾ ਹੈ। ਹੁਣ ਉਹ ਕੀ ਚੀਜ਼ ਹੋ ਸਕਦੀ ਹੈ ਕਿ ਜਿਹਨੂੰ ਨਾ ਕਿਸੇ ਨੇ ਪੈਦਾ ਕੀਤਾ ਹੋਵੇ ਨਾ ਕਿਸੇ ਨੇ ਮਾਰਿਆ ਹੋਵੇ? ਵਾਪਸ ਚੱਲਦੇ ਹਾਂ ਉਸ ਵਰਡ ਦੇ ਉੱਤੇ ਜਿਹੜਾ ਅਸੀਂ ਸਮਝਿਆ ਸੀ, ਸਤ ਨਾਮ। ਨਾਮ ਦਾ ਮਤਲਬ ਆਈਡੈਂਟੀਟੀ, ਜਿਹਨੂੰ ਨਾ ਕਦੀ ਕੋਈ ਪੈਦਾ ਕਰਦਾ ਹੈ ਨਾ ਕਦੀ ਕੋਈ ਮਾਰ ਸਕਦਾ ਹੈ, ਕਿਉਂਕਿ ਉਹ ਟੱਚੇਬਲ, ਫੀਲੇਬਲ, ਫਿਜ਼ੀਕਲ ਚੀਜ਼ ਨਹੀਂ ਹੈਗੀ। ਉਹ ਆਪਣੇ ਆਪ ਦੇ ਅੰਦਰੋਂ ਪੈਦਾ ਹੁੰਦਾ ਹੈ, ਉਹ ਆਪਣੇ ਆਪ 'ਚ ਵਸਦਾ ਹੈ ਅਤੇ ਉਹ ਆਪਣੇ ਆਪ 'ਚ ਹੀ ਸਮੇਟਿਆ ਜਾਂਦਾ ਹੈ। ਹੁਣ ਇੰਨੀਆਂ ਗੱਲਾਂ ਮੈਨੂੰ ਸਮਝ ਕਿੱਦਾਂ ਆਉਣ? ਅਸੀਂ ਗੱਲ ਕੀਤੀ ਇੱਕ ਓਂਕਾਰ, ਸਤ ਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ, ਮੂਰਤ, ਅਜੂਨੀ, ਸਹਿਭੰਗ। ਇਹ ਸਾਰੀ ਚੀਜ਼ਾਂ ਮੈਨੂੰ ਸਮਝ ਕਿੱਦਾਂ ਆਉਣ? ਇਹ ਹੈ ਗੁਰ ਪ੍ਰਸਾਦ। ਗੁਰ ਦਾ ਮਤਲਬ ਗਿਆਨ, ਨੌਲੇਜ, ਅਤੇ ਪ੍ਰਸਾਦ ਦਾ ਮਤਲਬ ਗਿਫਟ ਜਾਂ ਫਿਰ ਇੱਕ ਦਾਤ, ਇੱਕ ਬਖਸ਼ੀਸ਼। ਜਦੋਂ ਗੁਰੂ ਮੇਰੇ 'ਤੇ ਟੁੱਟ ਕੇ ਗੁਰ ਯਾਨੀ ਗਿਆਨ ਦਾ ਮੈਨੂੰ ਆਸ਼ੀਰਵਾਦ ਜਾਂ ਬਲੈਸਿੰਗ ਜਾਂ ਪ੍ਰਸਾਦ ਦਿੰਦਾ ਹੈ, ਤਾਂ ਮੈਨੂੰ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਨੇ ਜੀ। ਕਿਉਂਕਿ ਦੁਨੀਆ ਦੇ ਅੰਦਰ ਅਸੀਂ ਜਦੋਂ ਸਕੂਲ 'ਚ, ਮੰਨ ਲਓ ਬੱਚੇ ਨੇ ਇੱਕ ਐਡਮਿਸ਼ਨ ਲੈ ਲਿਆ, ਉਹਨੇ ਸਕੂਲ ਜਾਣਾ ਤਾਂ ਸ਼ੁਰੂ ਕਰਤਾ, ਉਹਦੇ ਸਾਹਮਣੇ ਕੋਈ ਵੀ ਇੱਕ ਓਬਜੈਕਟ ਰੱਖ ਦਿੱਤੀ ਜਾਵੇ, ਉਹਨੂੰ ਉਹ ਤਦ ਤੱਕ ਨਹੀਂ ਸਮਝ ਆਏਗੀ ਜਦ ਤੱਕ ਉਹਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਦਿੱਤੀ ਜਾਏਗੀ ਜੀ। ਜਦੋਂ ਉਹਨੂੰ ਨੌਲੇਜ ਦਿੱਤੀ ਜਾਣੀ ਸ਼ੁਰੂ ਕਰਦੇ ਹਾਂ, ਇੱਕ ਲਾਲ ਰੰਗ ਦਾ ਸਕੁਐਰ ਬਣਾ ਦਿੰਦੇ ਹਾਂ ਅਤੇ ਕਹਿੰਦੇ ਹਾਂ ਕਿ ਇਹ ਚੌਕੌਰ ਹੈ, ਇਹ ਸਕੁਐਰ ਹੈ, ਇਹਦੇ ਚਾਰ ਕੋਨੇ ਨੇ, ਇਹਦਾ ਰੰਗ ਲਾਲ ਹੈ, ਤਾਂ ਉਹਨੂੰ ਲਾਲ ਚੌਕੌਰ ਜਾਂ ਰੈੱਡ ਸਕੁਐਰ ਨਜ਼ਰ ਆਉਂਦਾ ਔਰ ਸਮਝ ਆਉਂਦਾ। ਅਦਰਵਾਈਜ਼ ਉਹਦੇ ਵਾਸਤੇ ਕੋਈ ਵੀ ਇੱਕ ਇਹੋ ਜਿਹੀ ਚੀਜ਼ ਬੱਚੇ ਨੂੰ ਰੱਖ ਦਿੱਤੀ ਜਾਵੇ, ਉਹਨੂੰ ਨਹੀਂ ਪਤਾ ਕਿ ਇਹ ਕੀ ਚੀਜ਼ ਹੈ। ਅੱਗ ਜਲਦੀ ਹੋਵੇ ਅਤੇ ਬੱਚੇ ਨੂੰ ਸਮਝ ਨਹੀਂ ਆਉਂਦੀ, ਉਹ ਜਲਦੀ ਅੱਗ 'ਚ ਹੱਥ ਪਾ ਦਿੰਦਾ। ਅਸੀਂ ਕਈ ਵਾਰ ਦੇਖਦੇ ਹਾਂ ਘਰਾਂ ਦੇ ਅੰਦਰ ਐਕਸੀਡੈਂਟ ਹੁੰਦੇ ਨੇ ਜੀ, ਪ੍ਰੈਸ ਚੱਲ ਰਹੀ ਹੁੰਦੀ ਹੈ, ਬੱਚਾ ਆ ਕੇ ਉਹਨੂੰ ਹੱਥ ਲਾ ਦਿੰਦਾ, ਉਹ ਕਿਉਂਕਿ ਉਹਨੂੰ ਨੌਲੇਜ ਨਹੀਂ ਹੈ, ਉਹਦੇ ਕੋਲ ਗੁਰ ਨਹੀਂ ਹੈ, ਉਹਦੇ ਕੋਲ ਗਿਆਨ ਨਹੀਂ ਹੈ। ਪਰ ਜਦੋਂ ਉਹਨੂੰ ਸਮਝਾ ਦਿੱਤਾ ਜਾਵੇ ਕਿ ਬੱਚੇ ਇਸ ਚੀਜ਼ ਨਾਲ ਹੱਥ ਸੜ ਜਾਏਗਾ,
ਇਹਦੇ ਨਾਲ ਤੈਨੂੰ ਨੁਕਸਾਨ ਹੋਣ ਦਾ ਖਤਰਾ ਹੈ ਅਤੇ ਇਹ ਚੀਜ਼ ਕਰਨੀ ਜਾਇਜ਼ ਨਹੀਂ ਹੈ ਅਤੇ ਉਹ ਆਪਣੇ ਆਪ ਰੁਕ ਜਾਂਦਾ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਗੁਰ ਯਾਨੀ ਗਿਆਨ ਰੂਪੀ ਪ੍ਰਸਾਦ ਦੇ ਵਿੱਚ ਪ੍ਰਾਪਤ ਹੁੰਦੀਆਂ ਨੇ ਤਾਂ ਸਾਨੂੰ ਜਾ ਕੇ ਇਹ ਸਮਝ ਆਉਂਦੀ ਹੈ ਕਿ ਇਹ ਇਹਦਾ ਮਤਲਬ ਕੀ ਹੈ। ਜੀ ਬਿਲਕੁਲ, ਜਦੋਂ ਅਸੀਂ ਮੂਲ ਮੰਤਰ ਦੀ ਗੱਲ ਕਰਦੇ ਹਾਂ, ਮੰਗਲਾਚਰਨ ਦੀ ਗੱਲ ਕਰਦੇ ਹਾਂ ਅਤੇ ਸੇਧ ਦੀ ਗੱਲ ਕਰਦੇ ਹਾਂ, ਸਾਨੂੰ ਇਹ ਦੱਸੋ ਕਿ ਇਹ ਜੀਵਨ ਜਾਂਚ ਕਿਵੇਂ ਹੈ ਅਤੇ ਸਾਨੂੰ ਇਸ 'ਚੋਂ ਸੇਧ ਕਿਸ ਤਰ੍ਹਾਂ ਮਿਲਦੀ, ਪ੍ਰੇਰਨਾ ਕਿਵੇਂ ਮਿਲਦੀ ਹੈ। ਰਾਈਟ, ਦੇਖੋ ਜੀ, ਜਿੱਦਾਂ ਅਸੀਂ ਗੱਲ ਕੀਤੀ ਕਿ ਅਸੀਂ ਉਸ ਮੂਲ ਮੰਤਰ ਜਾਂ ਮੁੱਢਲੀ ਜਾਂ ਬੇਸਿਕ ਸਲਾਹ ਤੋਂ ਸੇਧ ਲੈ ਕੇ ਆਪਣਾ ਜੀਵਨ ਕਿਵੇਂ ਜੀਣਾ ਹੈ ਜੀ, ਇਹਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਉਪਦੇਸ਼ ਮਿਲਦਾ ਹੈ, ਜੈਸੇ ਜਲਮੇ ਕਮਲ ਨਿਰਾਲਮ ਮੁਰਗਾ ਵੀ ਨਾ ਸਾਣੇ, ਕਿ ਮੈਂ ਨਿਰਭਉ ਕਿੱਦਾਂ ਰਹਿਣਾ, ਮੇਰਾ ਇੱਕ ਰਿਸ਼ਤਾ, ਇੱਕ ਦੁਨਿਆਵੀ ਰਿਸ਼ਤਾ ਕਾਇਮ ਹੈ, ਮੇਰੀ ਵਾਈਫ ਵੀ ਹੈ, ਮੇਰੇ ਬੱਚੇ ਵੀ ਹਨ, ਮੇਰੇ ਹੋਰ ਵੀ ਰਿਸ਼ਤੇਦਾਰ ਹਨ, ਪਰ ਕਿਤੇ ਦੇਖਿਆ ਜਾਵੇ ਤਾਂ ਇੱਕ ਬੱਚੇ ਵੱਡੇ ਨੂੰ, ਵੱਡੇ ਵਾਲੇ ਬੱਚੇ ਨੂੰ ਪਿਆਰ ਕਰਕੇ ਛੋਟੇ ਵਾਲੇ ਬੱਚੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੋਵੇ ਤਾਂ ਉੱਥੇ ਫਿਰ ਨਿਰਭਉ ਦਾ ਕੋਨਸੈਪਟ ਕੰਮ ਨਹੀਂ ਕਰ ਰਿਹਾ। ਮੈਂ ਆਪਣੇ ਇੱਕ ਬ੍ਰਦਰ ਦੇ ਨਾਲ ਜ਼ਿਆਦਾ ਭਾਵਨਾਤਮਕ ਅਟੈਚਮੈਂਟ ਲਾ ਕੇ ਦੂਸਰੇ ਭਰਾ ਦੇ ਨਾਲ ਵਿਤਕਰਾ ਕਰ ਰਿਹਾ ਹਾਂ ਤਾਂ ਫਿਰ ਉਹ ਨਿਰਭਉ ਦਾ ਕੋਨਸੈਪਟ ਖਤਮ ਹੋ ਰਿਹਾ। ਇੱਥੇ ਸਾਨੂੰ ਇਹ ਸਮਝ ਲੈਣਾ ਪਏਗਾ ਕਿ ਜਿੱਥੇ ਨਿਰਭਉ ਰੱਬ ਦੇ ਗੁਣ ਅਸੀਂ ਸਮਝਦੇ ਹਾਂ, ਨਿਰਭਉ ਉਸ ਅਕਾਲ ਪੁਰਖ ਦੇ ਗੁਣ ਅਸੀਂ ਸਮਝਦੇ ਹਾਂ, ਉੱਥੇ ਹੀ ਸਾਨੂੰ ਇਹ ਸਮਝਣਾ ਪਏਗਾ ਕਿ ਸਾਨੂੰ ਜਗਤ ਦੇ ਅੰਦਰ ਰਹਿੰਦੇ ਹੋਏ ਇੱਕ ਤਿਆਗੀ ਬਣ ਕੇ ਰਹਿਣਾ, ਕਿ ਮੈਂ ਸਿਰਫ ਆਪਣੀ ਬਾਈਂਡਿੰਗਸ ਕਰਕੇ ਹੀ ਇਨਵੋਲਵ ਨਾ ਰਹਿ ਜਾਵਾਂ, ਇਹ ਪੂਰੀ ਸੁਸਾਇਟੀ ਮੇਰਾ ਘਰ ਹੈ, ਇੱਥੇ ਮੈਂ ਖਾਲੀ ਆਪਣੇ ਪਰਿਵਾਰ ਦੇ ਨਾਲ ਅਗਰ ਮੈਂ ਇਮੋਸ਼ਨਲ ਅਟੈਚਮੈਂਟ ਰੱਖਦਾ ਵਾਂ ਔਰ ਇਸ ਉਹਨਾਂ ਦੇ ਕਰਕੇ ਮੈਂ ਕਿਸੇ ਹੋਰ ਦੇ ਨਾਲ ਵੈਰ ਪਾ ਲੈਂਦਾ ਵਾਂ ਤਾਂ ਫਿਰ ਮੈਂ ਨਿਰਵੈਰ ਦਾ ਕੋਨਸੈਪਟ ਵੀ ਨਹੀਂ ਬਣਾ ਸਕਦਾ। ਮੈਨੂੰ ਆਪਣੇ ਘਰ ਦੇ ਅੰਦਰ ਰਹਿੰਦੇ ਹੋਏ ਤਿਆਗੀ ਹੋ ਕੇ ਪੂਜਾ ਕਰਨੀ ਹੈ ਔਰ ਉਹ ਪੂਜਾ ਅਕਾਲ ਦੀ ਕਰਨੀ ਹੈ, ਕਿੱਦਾਂ ਕਰਨੀ ਹੈ, ਇਹ ਕੋਨਸੈਪਟ ਮੈਨੂੰ ਸਮਝ ਆਉਂਦੇ ਨੇ ਜਦੋਂ ਮੈਂ ਇਸ ਮੰਗਲਾਚਰਨ ਨੂੰ ਡੀਪ ਸਟੱਡੀ ਕਰਦਾ ਵਾਂ। ਇੱਕ ਹੁੰਦੀ ਉਤਲੀ ਸਟੱਡੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਨਫੋਰਮੇਸ਼ਨ, ਕਹਿ ਲਓ ਜੀ ਕਿ ਇੱਥੋਂ ਦੀ ਅੰਮ੍ਰਿਤਸਰ ਜਾਣਾ ਅਤੇ ਜੀ ਟੀ ਰੋਡ ਫੜ ਕੇ ਅੰਮ੍ਰਿਤਸਰ ਚਲੇ ਜਾਓ, ਇਹ ਇੱਕ ਇਨਫੋਰਮੇਸ਼ਨ ਹੋ ਗਈ। ਪਰ ਜਦੋਂ ਮੈਨੂੰ ਇਹ ਦੱਸਿਆ ਜਾਵੇ ਕਿ ਇੱਥੋਂ ਦੀ 100 ਕਿਲੋਮੀਟਰ 'ਤੇ ਜਾ ਕੇ ਤੁਸੀਂ ਇੱਕ ਟਰਨ ਲੈਣਾ, ਉੱਥੋਂ ਦੀ ਬਾਅਦ ਇੰਨੇ ਕਿਲੋਮੀਟਰ ਬਾਅਦ ਜਾ ਕੇ ਇੱਕ ਚੁੰਗੀ ਆਏਗੀ, ਉੱਥੇ ਤੁਸੀਂ ਟੈਕਸ ਦੇਣਾ ਹੈਗਾ, ਉਸ ਤੋਂ ਬਾਅਦ ਇੰਨੇ ਕਿਲੋਮੀਟਰ ਜਾ ਕੇ ਤੁਸੀਂ ਸ਼ਹਿਰ 'ਚ ਐਂਟਰ ਕਰਦੇ ਹੋ ਅੰਮ੍ਰਿਤਸਰ ਦੇ ਅੰਦਰ, ਉੱਥੇ ਫਲਾਣੀ ਜਗ੍ਹਾ ਗੱਡੀ ਪਾਰਕ ਕਰਕੇ ਉੱਥੇ, ਇਹ ਉਹਨੂੰ ਕਹਿਣਾ, ਇਹਨੂੰ ਕਹਾਂਗੇ ਪੂਰੀ ਨੌਲੇਜ। ਅਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਿਰਫ ਇੱਕ ਨੌਲੇਜ ਦੀ ਹੀ ਪ੍ਰਧਾਨਗੀ ਹੈ, ਨੌਲੇਜ ਨੂੰ ਹੀ ਪ੍ਰੋੜਤਾ ਕੀਤੀ ਗਈ ਹੈ ਕਿ ਨੌਲੇਜ ਤੋਂ ਬਿਨਾਂ ਕੰਮ ਕਰਾਂਗੇ ਤਾਂ ਕੰਮ ਖਰਾਬ ਹੋ ਜਾਏਗਾ, ਸਿਰਫ ਇੱਕ ਇਨਫੋਰਮੇਸ਼ਨ ਨਾਲ ਕੰਮ ਨਹੀਂ ਚੱਲਣਾ। ਇਸ ਕਰਕੇ ਮੈਨੂੰ ਇੱਥੇ ਗੁਰਪ੍ਰਸਾਦ ਦੀ ਵੀ ਡੈਫੀਨੇਸ਼ਨ ਸਮਝ ਆਉਂਦੀ ਹੈ ਕਿ ਮੇਰੇ ਕੋਲ ਜਦ ਤੱਕ ਬਲੈਸਿੰਗ ਗਿਆਨ ਦੀ, ਗੁਰ ਦੀ ਨਹੀਂ ਹੋਏਗੀ ਤਾਂ ਮੈਂ ਕਾਮਯਾਬ ਨਹੀਂ ਹੋਵਾਂਗਾ। ਸਾਨੂੰ ਇਸ ਮੂਲ ਮੰਤਰ ਤੋਂ ਸੇਧ ਮਿਲਦੀ ਹੈ ਕਿ ਕਿੱਦਾਂ ਅਸੀਂ ਨਿਰਭਉ ਰਹਿ ਕੇ ਸਾਰਿਆਂ ਨਾਲ ਇਕੁਐਲਿਟੀ ਦਾ ਬਿਹੇਵੀਅਰ ਕਰਨਾ ਹੈ, ਨਿਰਵੈਰ ਰਹਿ ਕੇ ਉਹ ਭਾਵਨਾਤਮਕ ਅਟੈਚਮੈਂਟ ਦੇ ਕਰਕੇ ਕਿਸੇ ਨਾਲ ਵੈਰ ਨਹੀਂ ਪਾਲਣਾ ਹੈ। ਫਿਰ ਉਸ ਦੇ ਬਾਅਦ ਇਹ ਸਮਝ ਆਉਂਦੀ ਹੈ ਕਿ ਜਿਵੇਂ ਉਹ ਅਕਾਲ ਹੈ ਉਵੇਂ ਮੈਂ ਵੀ ਟਾਈਮਲੈਸ ਹੋ ਕੇ ਕਿੱਦਾਂ ਜੀ ਸਕਦਾ ਵਾਂ, ਕਿ ਮੇਰੀ ਇੱਕ ਫਿਕਸ ਟਾਈਮਿੰਗ ਕਿ ਜੀ ਮੈਂ ਇਸੇ ਦਿਨ ਜਾ ਕੇ ਉੱਥੇ ਮੈਂ ਪੂਜਾ ਕਰਾਂਗਾ ਔਰ ਇਸੇ ਦਿਨ ਜਾ ਕੇ ਮੈਂ ਲੋਕ ਭਲਾਈ ਦਾ ਕੰਮ ਕਰਾਂਗਾ, ਉਹ ਦਿਨ ਦੇ ਬੰਧਨਾਂ 'ਚ ਨਹੀਂ ਬਣਨਾ। ਮੈਂ ਅਗਰ
ਰੱਬ ਨੂੰ ਧਿਆਣਾ ਹੈ ਤੇ ਮੈਂ ਹਰ ਸਮੇਂ ਸਾਸ ਸਾਸ ਸਿਮਰੋ ਗੋਬਿੰਦ ਜੀ, ਸਾਸ ਸਾਸ ਦਾ ਮਤਲਬ ਹਰ ਸਵਾਸ ਦੇ ਨਾਲ ਮੇਰੇ ਮਨ ਦੇ ਅੰਦਰ ਇਹ ਸਿਮਰਨ ਜਾਂ ਇੱਕ ਖਿਆਲ ਰਹਿਣਾ ਚਾਹੀਦਾ ਹੈ। ਗੋਬਿੰਦ ਦਾ ਮਤਲਬ ਹੈ ਸ੍ਰਿਸ਼ਟੀ ਦਾ ਉਤਪੱਤਾ, ਉਹੀਓ ਵਰਡ ਆ ਗਿਆ ਕਰਤਾ ਵਾਲਾ। ਅਤੇ ਜਦੋਂ ਮੈਂ ਉਸ ਨੂੰ ਸਾਸ ਸਾਸ ਧਿਆਨਾ ਵਾਂ ਤਾਂ ਮੈਂ ਟਾਈਮਲੈਸ ਹੋ ਜਾਂਦਾ ਵਾਂ, ਮੈਂ ਟਾਈਮ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਮੈਂ ਕਿ ਸੋ ਐਂਡ ਸੋ ਟਾਈਮ ਹੀ ਮੈਂ ਭਗਤੀ ਕਰਨੀ ਹੈ ਅਤੇ ਸੋ ਐਂਡ ਸੋ ਟਾਈਮ ਮੈਂ ਬਾਕੀ ਦਾ ਕੰਮ ਕਰਨਾ। ਮੈਨੂੰ ਇੱਕ ਟਾਈਮਲੈਸ ਹੋਣਾ ਪਏਗਾ ਕਿ ਮੇਰੇ ਮਨ ਦੇ ਅੰਦਰ ਰੱਬ ਰਹੇ। ਜਿੱਦਾਂ ਨਾਮਾ ਕਹੇ ਤਿਲੋਚਨਾ ਮੁਕਤੇ ਰਾਮ ਸਮਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਮੈਨੂੰ ਉਹ ਟਾਈਮ ਬਾਉਂਡ ਨਹੀਂ ਹੋਣਾ। ਉਸ ਤੋਂ ਬਾਅਦ ਜਦੋਂ ਅਗਲੀ ਗੱਲ ਅਸੀਂ ਸੋਚਦੇ ਹਾਂ, ਅਸੀਂ ਅਗਲੀ ਗੱਲ ਸੁਣਦੇ ਹਾਂ ਅਜੂਨੀ, ਮੈਂ ਹੁਣ ਅਜੂਨੀ ਕਿਵੇਂ ਬਣਾ। ਅਸੀਂ ਇਹ ਇੱਕ ਵਾਰ ਪਹਿਲਾਂ ਸ਼ਾਇਦ ਸਟੱਡੀ ਕੀਤੀ ਸੀਗੀ ਕਿ ਇਸੇ ਜੂਨ ਦੇ ਅੰਦਰ ਰਹਿੰਦੇ ਹੋਏ, ਮਨੁੱਖੀ ਜੂਨ ਦੇ ਅੰਦਰ ਰਹਿੰਦੇ ਹੋਏ ਇਨਸਾਨ ਵੱਖਰੀਆਂ ਵੱਖਰੀਆਂ ਜੂਨਾਂ ਭੁਗਤਦਾ ਹੈ। ਕਦੀ ਉਹ ਕਾਮੀ ਹਾਥੀ ਹੈ ਅਤੇ ਕਦੀ ਉਹ ਲਾਲਚੀ ਹੋ ਕੇ ਕੁੱਕਰ ਵਾਲਾ ਕੰਮ ਵੀ ਕਰ ਰਿਹਾ ਹੈ ਅਤੇ ਕਦੀ ਉਹ ਗੁੱਸੇ 'ਚ ਆ ਕੇ ਹੋਰ ਵੀ ਮਤਲਬ ਅਲੱਗ ਅਲੱਗ ਟਾਈਪ ਦੀਆਂ ਜੂਨਾਂ ਭੋਗ ਰਿਹਾ ਹੈ। ਅਤੇ ਜੇ ਮੈਂ ਅਜੂਨੀ ਹੋਣਾ ਹੈ ਤਾਂ ਮੈਂ ਇਹ ਸਾਰੇ ਦੇ ਸਾਰੇ ਬੰਦਰਾਂ 'ਚੋਂ ਮੁਕਤ ਹੋਣਾ ਹੈ। ਮੈਂ ਆਪਣੇ ਜੀਵਨ ਨੂੰ ਇੱਕ ਨਿਰੋਲ ਜੀਵਨ ਕਰਕੇ ਜੀਣਾ ਹੈ ਅਤੇ ਉੱਥੇ ਮੇਰੇ ਉੱਤੇ ਕੰਸੈਪਟ ਲਾਗੂ ਹੋ ਜਾਂਦਾ ਹੈ ਅਜੂਨੀ ਦਾ। ਸਵੈਂਭੂ, ਅਸੀਂ ਬਹੁਤ ਜਗ੍ਹਾ 'ਤੇ ਬਹੁਤ ਸਾਰੇ ਸਾਡੇ ਵੀਰ ਜੋਸ਼ 'ਚ ਆ ਕੇ ਇੱਕ ਨਾਰਾ ਲਾਉਂਦੇ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਹੁਣ ਉੱਥੇ ਰਾਜ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਿਰਪਾਨ ਚੁੱਕੀ ਔਰ ਮੈਂ ਕਿਸੇ ਨਾਲ ਭਿੜਨ ਚਲਾ ਗਿਆ ਅਤੇ ਬਈ ਸਾਰੇ ਮੇਰੇ ਕੰਟਰੋਲ ਦੇ ਅੰਡਰ ਆ ਜਾਓ। ਰਾਜ ਦਾ ਮਤਲਬ ਉਹ ਨਹੀਂ ਹੈ। ਰਾਜ ਦਾ ਮਤਲਬ ਹੈ ਕਿ ਮੈਂ ਸੈਲਫ ਸਫੀਸ਼ੀਐਂਟ ਹੋਵਾਂ। ਸੈਲਫ ਸਫੀਸ਼ੀਐਂਟ ਹੋਣ ਦੇ ਨਾਲ ਨਾਲ ਮੈਂ ਹੋਰਾਂ ਦੀ ਵੀ ਮਦਦ ਕਰਾਂ। ਜਿੱਦਾਂ ਸਿੱਖੀ ਦਾ ਮੁੱਢਲਾ ਸਿਧਾਂਤ ਦੀ ਗੱਲ ਕਰੀਏ ਤਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਵੰਡ ਛਕੋ ਦੇ ਅੰਦਰ ਇਹੀ ਉਹ ਆਉਂਦਾ ਰਾਜ ਦਾ ਮਤਲਬ ਹੈ। ਅਸਲ ਦੇ ਅੰਦਰ ਅਗਰ ਗੁਰਮਤ ਦੇ ਅਨੁਸਾਰ ਵੇਖਿਆ ਜਾਵੇ ਤਾਂ ਰਾਜ ਦਾ ਮਤਲਬ ਹੀ ਹੈ ਸੇਵਾ ਜੀ। ਮੈਂ ਸੈਲਫ ਸਫੀਸ਼ੀਐਂਟ ਹੋ ਕੇ ਹੋਰ ਲੋਕਾਂ ਦਾ ਭਲਾ ਕਰਾਂ, ਉਹਦੇ ਅੰਦਰ ਇਹ ਕੰਸੈਪਟ ਕਲੀਅਰ ਹੁੰਦਾ ਹੈ ਕਿ ਮੈਂ ਸਵੈਂਭੂ ਸਹਿਭੰਗ ਹੋ ਗਿਆ, ਕਿ ਮੈਂ ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗਾ। ਮੈਨੂੰ ਆਪਣੀ ਕਿਰਤ ਦੇ ਵਿੱਚੋਂ ਦੀ ਜੋ ਵੀ 2 ਰੁਪਏ ਬਚਦੇ ਨੇ 3 ਰੁਪਏ ਬਚਦੇ ਨੇ ਅਤੇ ਮੈਂ ਲੋਕਾਂ ਦੇ ਨਾਲ ਉਹਨੂੰ ਵੰਡ ਕੇ ਖਾਂਦਾ ਅਤੇ ਮੈਂ ਸੈਲਫ ਸਫੀਸ਼ੀਐਂਟ ਸੈਲਫ ਡਿਪੈਂਡੈਂਟ ਹੈਗਾ ਵਾਂ। ਇਹ ਚੀਜ਼ ਕੰਮ ਕਰਦੀ ਹੈ ਜੀ। ਬਿਲਕੁਲ, ਜਦੋਂ ਅਸੀਂ ਮੂਲ ਮੰਤਰ ਕਰਦੇ ਹਾਂ ਜਾਂ ਫਿਰ ਜਪਜੀ ਸਾਹਿਬ ਦਾ ਪੂਰਾ ਪਾਠ ਹੀ ਇੱਕ ਤਰ੍ਹਾਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਾਰ ਹੀ ਜਪਜੀ ਸਾਹਿਬ ਦੇ ਵਿੱਚ ਹੀ ਹੈ, ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦਾ ਜੇ ਸਾਰ ਦੀ ਗੱਲ ਕਰੀਏ ਤਾਂ ਏਕੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨਾਂ ਸਾਰੇ ਜੋ ਏਕੰਕਾਰ ਤੋਂ ਗੁਰਪ੍ਰਸਾਦ ਦੇ ਜੋ ਵਰਡਸ ਨੇ, ਜੋ ਮੀਨਿੰਗਸ ਨੇ, ਜਦੋਂ ਅਸੀਂ ਮੀਨਿੰਗਸ 'ਤੇ ਵਿਚਾਰ ਕਰ, ਜਿਵੇਂ ਕਿ ਹੁਣ ਅਸੀਂ ਵਿਚਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਪੂਰਾ ਜੀਵਨ ਜਾਂਚ ਹੀ ਇਸ ਵਿੱਚ ਲੁਕਿਆ ਹੋਇਆ, ਬਸ ਸਾਨੂੰ ਲੈਣਾ ਨਹੀਂ ਆ ਰਿਹਾ। ਇੱਕ ਅਨਮੋਲ ਖਜ਼ਾਨਾ ਹੈ ਜੋ ਸਾਨੂੰ ਉਸ ਉਹਨਾਂ ਗੁਰੂਆਂ ਵੱਲੋਂ ਬਖਸ਼ਿਸ਼ ਹੈਗੀ ਹੈ, ਪਰ ਅਸੀਂ ਉਸ ਬਖਸ਼ਿਸ਼ ਦਾ ਸਹੀ ਮਾਇਨਿਆਂ ਵਿੱਚ ਲਾਹ ਚੁੱਕ ਨਹੀਂ ਪਾ ਰਹੇ ਕਿਉਂਕਿ ਅਸੀਂ ਵਿਚਾਰ ਨਹੀਂ ਕਰਦੇ। ਸਾਰੀ ਗੱਲ ਉੱਥੇ ਆ ਜਾਂਦੀ ਹੈ ਕਿ ਅਜੋਕੇ ਯੁੱਗ ਜਦੋਂ ਅਸੀਂ ਵੱਖ ਵੱਖ ਤਰ੍ਹਾਂ ਦੇ ਕੰਮ ਕਰਦੇ ਹਾਂ, ਵੱਖ ਵੱਖ ਤਰ੍ਹਾਂ ਦੇ ਕਾਰਜ ਕਰਦੇ ਹਾਂ, ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਹਾਂ, ਨਿਭਾਉਣੀਆਂ ਵੀ ਚਾਹੀਦੇ ਨੇ, ਪਰ ਜੋ ਸਾਡਾ ਅਸਲ ਮੰਤਵ ਹੈ, ਜੋ ਸਾਨੂੰ ਗੁਰੂਆਂ ਵੱਲੋਂ ਦਿੱਤੀ ਗਈ ਦਾਤ ਹੈ, ਅਨਮੋਲ ਖਜ਼ਾਨਾ ਹੈ, ਬਾਣੀ, ਜਪਜੀ ਸਾਹਿਬ, ਹੋਰ ਵੀ ਪਾਠ ਨੇ ਜੋ ਸਾਨੂੰ ਵੱਖ ਵੱਖ ਤਰ੍ਹਾਂ ਦੀ ਪ੍ਰੇਰਣਾ, ਵੱਖ ਵੱਖ ਤਰ੍ਹਾਂ ਦੀ ਸੇਧ ਦਿੰਦੇ ਨੇ, ਪਰ ਸਭ ਦਾ ਨਿਚੋੜ ਇੱਕੋ ਹੀ ਹੈ ਜੋ ਕਿ ਗੁਰੂ ਨਾਨਕ ਸਾਹਿਬ ਨੇ ਦਿੱਤਾ ਪੂਰੀ ਮਨੁੱਖਤਾ ਨੂੰ, ਪੂਰੀ ਦੁਨੀਆਂ ਨੂੰ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਅਤੇ ਜੀਵਨ ਜਾਂਚ, ਅਸੀਂ ਕਿਸ ਤਰ੍ਹਾਂ ਜੀਵਨ ਤੋਂ ਇਸ ਤੋਂ ਜੋ ਜੀਵਨ ਜਿਉਣ ਦੀ ਜਾਂਚ ਹੈ ਉਹ ਕਿਵੇਂ ਲੈਣੀ ਹੈ। ਹੁਣ ਆਉਂਦੇ ਹਾਂ ਅਸੀਂ ਸਿੱਖੀ ਦੇ,
ਅਜੋਕੇ ਯੁੱਗ ਵਿੱਚ, ਪਹਿਲੇ ਤਾਂ ਅਜੋਕੇ ਯੁੱਗ ਦੀ ਬਾਅਦ 'ਚ ਗੱਲ ਕਰਦੇ ਹਾਂ, ਸਿੱਖ ਕੀ ਹੈ, ਸਿੱਖੀ ਕੀ ਹੈ, ਇਸ 'ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਅੰਦਰ ਅਗਰ ਅਸੀਂ ਇਸ ਸ਼ਬਦ ਦਾ ਤਰਜਮਾ ਕਰੀਏ ਸਿੱਖ ਦਾ, ਤਾਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਸਿੱਖ ਦਾ ਮਤਲਬ ਦੁਨੀਆ ਦੀ ਕਿਸੇ ਭਾਸ਼ਾ, ਭਾਵੇਂ ਉਹ ਅਰਬੀ ਹੋਵੇ, ਫਾਰਸੀ ਹੋਵੇ, ਇੰਗਲਿਸ਼, ਫਰੈਂਚ, ਸਪੈਨਿਸ਼, ਹਿੰਦੀ, ਭਾਰਤ ਦੀ ਵੀ ਕਿਸੇ ਵੀ ਭਾਸ਼ਾ 'ਚ ਅਗਰ ਤਰਜਮਾ ਕਰ ਲਿਆ ਜਾਵੇ, ਇਹਦਾ ਅਰਥ ਕੱਢਿਆ ਜਾਵੇ, ਤਾਂ ਵਿਦਿਆਰਥੀ, ਸਟੂਡੈਂਟ, ਸਿੱਖਣ ਵਾਲਾ, ਇਹ ਨਿਕਲਦਾ ਹੈ। ਅਤੇ ਅਸੀਂ ਸਿੱਖਣਾ ਕਿਸ ਤੋਂ ਹੈ? ਸਾਨੂੰ ਇੱਕ ਬਹੁਤ ਵੱਡਾ ਖਜ਼ਾਨਾ ਜੋ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲੇ ਤੋਂ ਕਰੀਬ 1200 ਸਨ ਤੋਂ ਕਰੀਬ ਇਹ ਭਗਤਾਂ ਦਾ ਜਿਹੜਾ ਬਾਣੀ ਜਿਹੜੀ ਇਨਕਲੂਡਿਡ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉੱਥੋਂ ਦੀ ਮਤਲਬ ਕੰਪਾਈਲ ਕਰਨਾ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀਆਂ ਦੇ ਦੌਰਾਨ। ਉਹਨਾਂ ਨੇ ਪ੍ਰਚਾਰ ਫੇਰੀਆਂ ਜਿਹੜੀਆਂ ਕੀਤੀਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਉਸ ਦੇ ਦੌਰਾਨ ਬਹੁਤ ਸਾਰੇ ਭਗਤਾਂ ਦੀ ਬਾਣੀ ਨੂੰ ਇਕੱਤਰਿਤ ਕੀਤਾ। ਉਹਨਾਂ ਦੇ ਉੱਤੇ ਰਿਸਰਚ ਹੋਈ ਪੂਰੀ ਪ੍ਰੋਪਰ, ਅਤੇ ਉਸ ਤੋਂ ਬਾਅਦ ਹਲਕੇ ਹਲਕੇ ਕਰਦੇ ਹੋਏ ਉਸ ਬਾਣੀ ਨੂੰ ਅੱਗੇ ਵਧਾਇਆ। ਉਹਦੇ ਅੰਦਰ ਭਗਤ ਕਬੀਰ ਸਾਹਿਬ ਦੀ ਬਹੁਤ ਸਾਰੀ ਬਾਣੀ ਹੈ, ਫਿਰ 6 ਗੁਰੂ ਸਾਹਿਬ ਦੀ ਬਾਣੀ ਉਹਦੇ ਵਿੱਚ ਇੰਕਲੂਡ ਹੈ। ਜਦੋਂ 5 ਗੁਰੂ ਸਾਹਿਬਾਨ ਤੱਕ ਦੀ ਬਾਣੀ ਸੀਗੀ, ਤਾਂ ਗੁਰੂ ਅਰਜਨ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਨਾਲ ਉਸ ਗ੍ਰੰਥ ਨੂੰ ਤਿਆਰ ਕੀਤਾ, ਜਿਹਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ ਆਪਣਾ ਗੁਰੂ ਸਮਝਦੇ ਹਾਂ। ਅਤੇ ਸ਼ੁਰੂ ਤੋਂ ਜੇ ਗੱਲ ਕੀਤੀ ਜਾਵੇ, ਤਾਂ ਗੁਰੂ ਨਾਨਕ ਸਾਹਿਬ ਤੋਂ ਕਿਸੇ ਨੇ ਸਵਾਲ ਪੁੱਛਿਆ, ਇਨਫੈਕਟ ਸਿੱਧਾ ਨੇ ਸਵਾਲ ਪੁੱਛਿਆ, ਕਵਨ ਗੁਰੂ ਕਿਸ ਕਾ ਤੁਮ ਚੇਲਾ, ਅਤੇ ਉੱਥੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਰੂਪੀ ਉਹਨਾਂ ਸਿੱਧਾਂ ਨੂੰ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਥੇ ਉਹਨਾਂ ਨੇ ਵੀ ਸਾਨੂੰ ਸਮਝਾਇਆ ਕਿ ਸਾਡਾ ਗੁਰੂ ਕੋਈ ਸਰੀਰ ਨਹੀਂ ਹੈ, ਇਨਫੈਕਟ ਉਹਨਾਂ ਨੇ ਵੀ ਸਰੀਰ ਨੂੰ ਗੁਰੂ ਨਹੀਂ ਕਿਹਾ, ਉਹਨਾਂ ਨੇ ਸ਼ਬਦ ਯਾਨੀ ਇੱਕ ਆਰਡਰ, ਆਰਡਰ ਆਫ ਨੇਚਰ, ਉਹਨੂੰ ਗੁਰੂ ਮੰਨਿਆ। ਅਤੇ ਸੁਰਤ ਔਰ ਧੁਨ, ਹੁਣ ਇੱਥੇ ਚੇਲਾ ਵੀ ਕੋਈ ਸਰੀਰ ਨਹੀਂ ਹੈ, ਸੁਰਤ ਮਤਲਬ ਮੇਰੀ ਸੁਰਤ ਔਰ ਧੁਨ, ਧੁਨੀ ਮੇਰੀ ਸੁਰਤ ਦੀ, ਉਹ ਜਿਹੜੀ ਹੈ ਉਹ ਚੇਲਾ। ਅਤੇ ਸਿਖਾਉਣ ਵਾਲਾ ਵੀ ਸਰੀਰ ਨਾ ਹੋਵੇ, ਸਿੱਖਣ ਵਾਲਾ ਵੀ ਸਰੀਰ ਨਾ ਹੋਵੇ, ਤਾਂ ਇੱਥੇ ਕੀ ਚੀਜ਼ ਹੈਗੀ ਹੈ ਜਿਹੜੀ ਅਸੀਂ ਹੁਣ ਥੋੜ੍ਹੀ ਦੇਰ ਪਹਿਲੇ ਸਮਝੀਏ, ਨਾਮ, ਆਈਡੈਂਟੀ, ਨਾਮੜਾ, ਉਹ ਗੁਰੂ ਹੈ। ਹੁਣ ਉੱਥੋਂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਅੱਗੇ ਵਧਾਉਣ ਵਾਲੇ ਨੂੰ ਅਸੀਂ ਸਿੱਖ ਕਹਾਂਗੇ। ਜਿਹੜਾ ਸਿੱਖਿਆ ਨੂੰ ਪ੍ਰਾਪਤ ਕਰਨ ਵਾਲਾ ਸਟੂਡੈਂਟ ਹੈ, ਉਹ ਸਟੂਡੈਂਟ ਦਾ ਨਾਮ ਹੈ ਸਿੱਖ, ਅਤੇ ਉਸ ਰਸਤੇ ਨੂੰ ਕਹਾਂਗੇ ਸਿੱਖੀ।